ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬੜਾ ਅਹਿਮ ਇਸ਼ੂ ਪੰਜਾਬ ਦੇ ਖਜ਼ਾਨੇ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਮੇਰੇ ਕੋਲ ਆਰਟੀਆਈ ਇਨਫੋਰਮੇਸ਼ਨ ਮੈਂ ਤੁਹਾਨੂੰ ਹੁਣੇ ਦਿਖਾਉਣਾ ਵਾ ਅੱਜ ਹੀ ਆ ਸਾਡੇ ਕੋਲ ਆਰਟੀਆਈ ਇਨਫੋਰਮੇਸ਼ਨ ਪਹੁੰਚੀ ਆ ਕਿ ਪਿਛਲੇ ਸਾਲ ਜਦੋਂ ਇਹਨਾਂ ਨੇ ਇਹ ਨਾਰਾ ਦਿੱਤਾ ਨਾ ਕਿ ਸਾਡਾ ਕੰਮ ਬੋਲਦਾ ਪਹਿਲਾਂ ਤਾਂ ਲਿਖਿਆ ਗਲਤੀ ਨਾਲ ਦਿੱਲੀੋਂ ਲਿਖਤਾ ਜਿਹੜੇ ਗੈਰ ਪੰਜਾਬੀ ਇਹਨਾਂ ਨੂੰ ਚਲਾਉਂਦੇ ਨੇ ਲਿਖਤਾ ਕੰਮ ਬੋਲਦਾ ਚਲੋ ਉਸ ਗੱਲ ਨੂੰ ਛੱਡੋ ਫਿਰ ਲਿਖ ਦਿੱਤਾ ਇਹਨਾਂ ਨੇ ਇੱਕ ਨਾਰਾ ਦਿੱਤਾ ਪੰਜਾਬ ਸਾਡਾ ਕੰਮ ਬੋਲਦਾ ਤੁਸੀਂ ਸਾਰੇ ਪੰਜਾਬ ਦੇ ਹਰ ਚੌਂਕ ਵਿੱਚ ਹਰ ਮੰਡੀ 'ਚ ਹਰ ਚੁਰਾਹੇ ਤੇ ਕਸਬਿਆਂ ਸ਼ਹਿਰਾਂ ਪਿੰਡਾਂ ਤੱਕ ਤੁਸੀਂ ਬੋਰਡ ਲੱਗੇ ਦੇਖੇ ਵੱਡੇ ਵੱਡੇ ਭਗਵੰਤ ਮਾਨ ਦੇ ਕਿ ਸਾਡਾ ਕੰਮ ਬੋਲਦਾ ਸਿਰਫ ਉਸ ਨਾਰੇ ਨੂੰ ਪ੍ਰਚਾਰਨ ਵਾਸਤੇ ਸਿਰਫ ਇੱਕ ਨਾਰਾ ਪ੍ਰਚਾਰਨ ਵਾਸਤੇ ਇਹਨਾਂ ਨੇ ਸਤੰਬਰ 2022 ਦੀ 25 ਤਰੀਕ ਤੋਂ ਲੈ ਕੇ ਤੇ 20 ਅਕਤੂਬਰ ਤੱਕ ਮਤਲਬ 25 ਦਿਨਾਂ ਦੇ ਵਿੱਚ 33 ਕਰੋੜ ਰੁਪਇਆ ਤੁਹਾਡਾ ਬਰਬਾਦ ਕੀਤਾ ਮਤਲਬ ਆਪਣਾ ਬਰਬਾਦ ਕੀਤਾ ਆਪਣੇ ਸਾਰਿਆਂ ਦਾ ਸਰਕਾਰੀ ਖਜ਼ਾਨੇ ਦਾ ਸਿਰਫ ਕੰਮ ਬੋਲਦਾ ਨਾਰਾ ਪ੍ਰਚਾਰਣ ਵਾਸਤੇ ਔਰ ਦੁੱਖ ਦੀ ਗੱਲ ਹੈ ਕਿ ਇਹ ਉਹ ਸਰਕਾਰਾਂ ਨੇ ਜਿਹੜੀਆਂ ਕਹਿੰਦੀਆਂ ਅਸੀਂ ਆਮ ਆਦਮੀ ਆ ਮਤਲਬ ਅਸੀਂ ਬਿਲਕੁਲ ਸੁਧਾਰਨ ਜੇ ਬੰਦੇ ਅਸੀਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਕਰਦੇ ਇਹਨਾਂ ਦਾ ਲਾਮ ਲਸ਼ਕਰ ਛੱਡ ਦਿਓ ਜਿਹੜੀਆਂ ਲੈਕਸਸ ਗੱਡੀਆਂ ਲਈ ਫਿਰਦੇ ਹਜ਼ਾਰ ਹਜ਼ਾਰ ਬੰਦਾ ਲਈ ਫਿਰਦੇ ਨੇ ਜਹਾਜ਼ਾਂ ਤੇ ਚੜ੍ਹਦੇ ਨੇ ਸਾਰਾ ਕੁਝ ਛੱਡ ਦਿਓ ਪਰ 33 ਕਰੋੜ ਰੁਪਏ ਔਰ ਇਸ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਤੇ ਬੇਤਹਾਸ਼ਾ ਪੈਸਾ ਖਰਚ ਕੀਤਾ ਮਨੂੰ ਮੁੰਬਈ ਦੇ 에어ਪੋਰਟ ਤੇ ਭਗਵੰਤ ਪਾਣ ਦੀਆਂ ਫੋਟੋਆਂ ਸਜਾਈਆਂ ਹੋਈਆਂ ਨੇ ਕਲਕੱਤਾ ਦੇ 에어ਪੋਰਟ ਤੇ ਸਾਰੇ ਦੇਸ਼ ਦੇ ਵੱਡੀਆਂ ਅਖਬਾਰਾਂ ਦੇ ਵਿੱਚ ਰੋਜ਼ ਮਰਰਾ ਫਰੰਟ ਪੇਜ ਕਲਰਡ ਐਡਸ ਜਾਰੀਆਂ ਛੋਟਾ ਮੋਟਾ ਜਿਹੜਾ ਪੰਜਾਬ ਦੇ ਵਿੱਚ ਕੋਈ ਗੱਲ ਕਰਦੇ ਨੇ ਉਹ ਸਾਰੇ ਦੇਸ਼ ਵਿੱਚ ਪ੍ਰਚਾਰਿਆ ਜਾ ਰਿਹਾ ਇਹਦਾ ਮਤਲਬ ਕੀ ਹੈ ਜੀ ਪੈਸਾ ਪੰਜਾਬ ਦੇ ਖਜ਼ਾਨੇ ਦਾ ਵਾ ਔਰ ਇਹ ਬੜੀ ਔਰ ਆਪਾਂ ਨੂੰ ਪਤਾ ਕਿ ਖਜ਼ਾਨਾ ਇਸ ਵਕਤ ਪੰਜਾਬ ਦਾ 3 ਲੱਖ ਕਰੋੜ ਦਾ ਕਰਜ਼ੇ ਹੈ ਇਹਨਾਂ ਨੂੰ ਵੀ ਪਤਾ ਵਾ ਐਡੇ ਵੱਡੇ ਕਰਜ਼ੇ ਦੇ ਹੁੰਦਿਆਂ ਹੋਇ ਤੁਸੀਂ ਸਿਰਫ ਇੱਕ ਨਾਅਰਾ ਪ੍ਰਚਾਰਨ ਵਾਸਤੇ ਸਾਡਾ ਕੰਮ بولਦਾ ਵਾ ਤੁਸੀਂ ਇਹਨਾਂ ਨੇ ਹੁਣ ਖਰਚ ਕੀਤਾ ਮੇਰੇ ਕੋਲ ਆਰਟੀਆ ਇਨਫੋਰਮੇਸ਼ਨ ਆਈਪੈਡ ਤੇ ਹੈਗੀ ਹੈ ਤੁਸੀਂ ਦੇਖੋਗੇ ਮੈਂ ਬਰੀਕੀ ਨਾਲ ਦਿਖਾ ਦਿੰਦਾ ਜੇ ਦੇਖੋ ਜਰਾ ਅਲੋ ਇਹ ਪਹਿਲੀ ਆਰਟੀਆ ਦਾ ਪਹਿਲਾ ਸਫਾ ਹੈਗਾ ਇਹਦੇ ਚ ਹੈਗਾ ਜੀ 15 ਸਪਟੈਂਬਰ 2022 ਤੋਂ 10 ਅਕਤੂਬਰ 2022 ਤੱਕ 9 ਕਰੋੜ ਰੁਪਇਆ ਹਿਸ਼ਤਿਆਰ ਪ੍ਰਿੰਟ ਮੀਡੀਆ ਨੂੰ ਪ੍ਰਕਾਸ਼ਿਤ ਕੀਤਾ ਅਖਬਾਰਾ ਸਾਡੀਆਂ ਖਬਰਾਂ ਕਿੱਥੋਂ ਛਾਪਣ ਗਿਆ ਸਾਰੇ ਤਾਂ ਇਹਨਾਂ ਨੇ ਖਰੀਦੇ ਹੋਏ ਨੇ ਕੱਲੀਆਂ ਅਖਬਾਰਾਂ ਵਿੱਚ ਇਸ ਨਾਰੇ ਨੂੰ ਪ੍ਰਚਾਰਨ ਲਈ ਕੋਈ ਕੋਈ ਕਾਮਯਾਬੀ ਪ੍ਰਚਾਰਨ ਹੀ ਨਹੀਂ ਇੱਕ ਨਾਰਾ ਪ੍ਰਚਾਰਨ ਵਾਸਤੇ ਸਾਡਾ ਕੰਮ ਬੋਲਦਾ ਆਲਾ ਦੂਸਰੀ ਆਰਟੀਆ ਇਸ ਵਿੱਚ ਉਹਨਾਂ ਨੇ ਤਕਰੀਬਨ ਤਕਰੀਬਨ ਆ ਸਾਰੇ ਅਮਾਉਂਟ ਦੇ ਤੋਂ ਸਪਹਿਲਾ ਆਰਟੀਆ ਦੇਖੋ ਆ ਰਹੀਏ ਦੇਖੋ ਜੀ ਅੱਛੀ ਤਰ੍ਹਾਂ ਪੜੋ ਪਲੀਜ਼ ਤੁਸੀਂ ਦੇਖੋ ਇਹ ਆਰਟੀਆ ਇਨਫੋਰਮੇਸ਼ਨ ਆ ਸਾਰੀ ਔਰ ਇਹ ਜਿਹੜੀ ਆਰਟੀਆ ਇਹਦੇ ਵਿੱਚ ਇਹਨਾਂ ਨੇ ਉਹੀ ਫੇਰ ਸੇਮ ਡੇਟ ਸਾਡਾ ਸਾਡਾ ਕੰਮ ਬੋਲਤਾ ਨਾਲ ਸੰਬੰਧਿਤ ਪਬਲਿਸਿਟੀ ਸੰਬੰਧੀ ਵੈਬਸਾਈਟਸ ਤੇ 7 ਕਰੋੜ 40 ਲੱਖ ਰੁਪਇਆ ਟੀਵੀ ਤੇ 14 ਕਰੋੜ 30 ਲੱਖ ਰੁਪਇਆ ਰੇਡੀਓ ਚੈਨਲਸ ਤੇ 1 ਕਰੋੜ ਤੇ 3 ਲੱਖ ਰੁਪਇਆ ਇਹ ਇਹਨਾਂ ਨੇ ਜਿਹੜਾ ਸਰਕਾਰੀ ਖਜ਼ਾਨੇ ਦਾ ਲਟਾਇਆ ਚਲੋ ਕਿਸੇ ਗੱਲ ਲਈ ਲਟਾਉਂਦੇ ਜੀ ਸਮਝਾਉਂਦੀ ਜੇ فرض ਕਰੋ ਕੋਈ ਅੱਛੀ ਅਚੀਵਮੈਂਟ ਕੀਤੀ ਹੁੰਦੀ ਕੋਈ ਪੰਜਾਬ ਲਈ ਵੱਡਾ ਫੈਸਲਾ ਕੀਤਾ ਹੁੰਦਾ ਕੋਈ ਸਤਲੁਜ ਜਮਨਾ ਲਿੰਕ ਤੇ ਫੈਸਲਾ ਕੀਤਾ ਹੁੰਦਾ ਕੋਈ ਬੰਦੀ ਸਿੰਘਾਂ ਦੇ ਫੈਸਲੇ ਲੈਂਦਾ ਹੁੰਦਾ ਕੋਈ ਅੱਛੀ ਗੱਲ ਕੀਤੀ ਹੁੰਦੀ ਕੋਈ ਨਜ਼ੀਰ ਫੈਕਟਰੀ ਮੁਤਲਕ ਨੋਟੀਫਿਕੇਸ਼ਨ ਜਾਰੀ ਕੀਤੀ ਹੁੰਦੀ ਲੇਕਿਨ ਉਹ ਕੁਝ ਨਹੀਂ ਕੀਤਾ ਸਿਰਫ ਇੱਕ ਨਾਰਾ ਪ੍ਰਚਾਰਨ ਲਈ ਸਾਡਾ ਕੰਮ ਬੋਲਦਾ ਹੁਣ ਇਹ ਦਿਨੋਂ ਵੱਡੇ ਮੂਰਖ ਬੰਦੇ ਹੋ ਸਕਦੇ ਦੱਸੋ ਮੈਨੂੰ ਤੁਸੀਂ ਔਰ ਅਗਰ ਇਹ 33 ਕਰੋੜ ਰੁਪਇਆ ਆਪਾਂ ਲਾਉਣਾ ਹੋਵੇ ਆਪਾਂ ਘੱਟੋ ਘੱਟ 500 ਸਰਕਾਰੀ ਜਿਹੜਾ ਐਲੀਮੈਂਟਰੀ ਸਕੂਲ ਹੈ ਉਸ ਨੂੰ ਠੀਕ ਕਰ ਸਕਦੇ ਹਾਂ ਹਰ ਸਕੂਲ ਨੂੰ ਆਪਾਂ 10 15 20 ਲੱਖ ਰੁਪਇਆ ਦੇ ਕੇ ਉਸ ਨੂੰ ਸਕੂਲ ਨੂੰ ਕਾਫੀ ਹੱਦ ਤੱਕ ਠੀਕ ਕਰ ਸਕਦੇ 500 ਡਿਸਪੈਂਸਰੀ ਜਿਹੜੀਆਂ ਪਿੰਡਾਂ ਦੇ ਢੇ ਢੇਰੀਆਂ ਹੋਈਆਂ ਉਸ ਨੂੰ ਠੀਕ ਕਰ ਸਕਦੇ ਸ ਇੱਕ ਹਜ਼ਾਰ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਬਦਲ ਸਕਦੇ ਜਿਹੜੀਆਂ ਦਲਿਤ ਵਰਗ ਜਿਹੜਾ ਬੈਠਾ ਵਾਂਝਾ ਵਾ ਹਰ ਇੱਕ ਉਹਨਾਂ ਦੇ ਉਹਨਾਂ ਦੇ ਘਰ ਚੋਂਦੇ ਨੇ ਉਹਨਾਂ ਦੇ ਕੋਲ ਛੱਤਾਂ ਬਦਲ ਉਹਨਾਂ ਦੀ ਬਾਲਿਆਂ ਦੀਆਂ ਛੱਤਾਂ ਨੇ 1000 ਗਰੀਬ ਦੇ ਘਰ ਦੀ ਮਦਦ ਹੋ ਸਕਦੀ ਸੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਸ ਇੰਨੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਅੱਜ ਦੀ ਲੇਟੈਸਟ ਆਰਟੀਆ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਔਰ ਅਗਰ ਤੁਹਾਨੂੰ ਇਹ ਠੀਕ ਲੱਗੀਆਂ ਗੱਲਾਂ ਤੇ ਇਹਨੂੰ ਜ਼ਿਆਦਾ ਸ਼ੇਅਰ ਕਰਨਾ ਤੇ ਬੋਕਰ ਪਾਰਟੀ ਨੂੰ ਕਹਿਣਾ ਕਿ ਪਲੀਜ਼ ਤੁਸੀਂ ਸਾਡੇ ਪੇਜਾਂ ਤੋਂ ਦੂਰ ਰਿਹਾ ਕਰੋ ਤੁਸੀਂ ਐਵੇਂ ਊਲ ਜਲੂਲ ਗਲਤ ਗੱਲਾਂ ਲਿਖਦੇ ਹੋ ਤੁਹਾਡੀਆਂ ਤੁਹਾਡੀਆਂ ਮਾਤਾਵਾ ਭੈਣਾ ਵੀ ਤੁਹਾਡੀਆਂ ਇਹ ਗੰਦੇ ਕਮੈਂਟ ਪੜਦੇ ਆਈ ਐਮ ਕਵਾਈਟ ਸ਼ੋਰ ਕਿ ਦੂਰ ਰਹਿਣਗੇ ਸਾਡੇ ਭਰਾ ਨਹੀਂ ਵੈਸੇ ਤੇ ਫਿਰ ਇੱਕ ਵਾਰ ਮੈਂ ਕਹਿਣਾ ਚਾਹੁੰਦਾ ਜਾਣ ਤੋਂ ਪਹਿਲਾਂ ਕਿ ਸਿਰਫ 25 ਦਿਨ ਲਈ ਸਾਡਾ ਕੰਮ ਬੋਲਦਾ ਨਾਅਰਾ ਪ੍ਰਚਾਰਨ ਵਾਸਤੇ ਆਪਣਾ ਸੱਬ ਦਾ 33 ਕਰੋੜ ਰੁਪਇਆ ਭਗਵੰਤ ਮਾਨ ਨੇ ਬਰਬਾਦ ਕੀਤਾ लानत है भगवान सिंह मान तेरी इस तरह दे आम आदमी होने दे शर्मावणी चाहिदी ਤੁਹਾਡੇ ਇਸ ਤਰ੍ਹਾਂ ਦੇ ਬਦਲਾਬ ਬਦਲਾਬ ਦੇ ਸਰਕਾਰ ਦਾ ਨਾਰਾ ਦੇ ਕੇ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਅੱਜ ਸਾਰਾ ਸਰ ਪੰਜਾਬ ਨੂੰ ਲੁੱਟ ਰਹੇ ਹੋ ਦੋਹਾਂ ਹੱਥਾਂ ਨਾਲ ਲੁਟਾ ਵੀ ਰਹੇ ਹੋ ਔਰ ਇਹ ਪ੍ਰਚਾਰ ਸਾਰਾ ਦੇਸ਼ ਵਿੱਚ ਕੀਤਾ ਜਾ ਰਿਹਾ ਤਾਂ ਕਿ ਕੇਜਰੀਵਾਲ ਨੂੰ ਸਹੂਲਤ ਹੋ ਜੇ ਲੋਕ ਸਭਾ ਦੇ ਵਿੱਚ ਜਾਣ ਵਾਸਤੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਅਸੀਂ ਬੜਾ ਕੰਮ ਕੀਤਾ ਇੱਥੇ ਕੁਝ ਨਹੀਂ ਕੀਤਾ ਅਗਰ ਕੀਤਾ ਹੁੰਦਾ ਫਿਰ ਸੰਗਨੂਰ ਨਾ ਹਰਦੇ ਤੇ ਜਲੰਧਰ ਆ ਰਹੀ ਆ ਤੁਹਾਨੂੰ ਸਭ ਨੂੰ ਪਤਾ ਲੱਗ ਜੂ ਤੇ ਤੁਸੀਂ ਕਿੱਥੇ ਖੜੇ ਹੋ ਸੋ ਇਹ ਮੇਰੇ ਅੱਜ ਦਾ ਵਿਚਾਰ ਸੀਗਾ ਤੁਹਾਡਾ ਸਾਰਿਆਂ ਦਾ ਜੁੜਨ ਆਸੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ